ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ। ਆਪਾਂ ਸਿਰਫ ਅੱਜ ਇਹ 2-3 ਮਿੰਟ ਦੀ ਵੀਡੀਓ ਇਹ ਸਾਰਿਆਂ ਨੂੰ ਪਾਉਣ ਲੱਗੇ ਹਾਂ ਅਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਪਾਉਣ ਲੱਗੇ ਹਾਂ। ਦੇਖੋ ਇਹ ਸਾਡੇ ਪਾਣੀ ਦਾ ਹਾਲ, ਦੇਖੋ 14 ਦਿਨ ਤੋਂ ਠੀਕ ਹੈ, ਸਾਰੇ ਮੋਟਰਾਂ ਵਾਲੇ ਪਿੱਟਦੇ ਪਏ ਆ, ਬਾਕੀ ਦੇ ਵੀ ਕੱਲ੍ਹ ਸਾਰੇ ਜਾਣੇ ਇਹੀ ਹਾਲ ਸੀ। ਦੇਖੋ ਹੱਥ ਨਾਲ ਵੀ ਚੜੇ ਦੇ ਵਿੱਚੋਂ ਪਾਣੀ ਨਹੀਂ ਆ ਰਿਹਾ, ਠੀਕ ਹੈ, ਬਿਲਕੁਲ ਸੁੱਕ ਗਿਆ। ਅਤੇ ਬਿਜਲੀ ਇਹ ਦੇਖੋ, ਇਹਨੂੰ ਤੁਹਾਨੂੰ ਸਟਾਰਟਰ 'ਤੇ ਲੈ ਆਇਆ, ਠੀਕ ਹੈ, ਇਹ ਸਟਾਰਟਰ ਹੈ ਮੋਟਰ ਦਾ, ਆਹ ਲਓ ਇਹ ਦੇਖੋ, ਇਹ ਲਓ ਲਓ ਆਹ ਲਓ, ਠੀਕ ਹੈ, ਆਹ ਲਓ ਲਓ ਦੇਖੋ ਲਓ, ਜਨਰੇਟਰ ਚਲਾਇਆ ਸੀ ਤਾਂ ਕਰਕੇ ਕ੍ਰਿਪਾਂ ਦੇ ਵਿੱਚ ਲਓ ਕਰੰਟ ਦੇ ਲਓ। ਇਹ ਟਿਊਬਵੈੱਲ ਦੇ ਕੋਲ ਖੜ੍ਹੇ ਹਾਂ ਆਪਾਂ, ਪੂਰੇ 14 ਦਿਨ ਹੋ ਗਏ ਆ, ਠੀਕ ਹੈ, ਪਾਣੀ ਤੋਂ ਬਿਨਾਂ, ਠੀਕ ਹੈ। ਫਸਲਾਂ ਨੂੰ ਤਾਂ ਛੱਡੋ ਗੱਲ, ਪੀਣ ਵਾਸਤੇ ਵੀ ਉਹ ਪਸ਼ੂ ਆ, ਠੀਕ ਹੈ, ਉਹਨਾਂ ਨੂੰ ਗੀਚਰ 'ਚੋਂ ਕੱਢ ਕੇ ਪਾਣੀ ਪਿਲਾਉਂਦੇ ਹਾਂ। ਅਤੇ ਪਹਿਲਾਂ ਤਾਂ ਜਨਰੇਟਰ ਚਲਾਇਆ ਸੀ ਅਤੇ ਹੁਣ ਜਨਰੇਟਰ ਚਲੋ ਦੇ, ਅਤੇ ਉਹ ਮੈਂ ਤੁਹਾਨੂੰ ਗ੍ਰਿਪਾਂ ਨੂੰ ਹੱਥ ਲਾ ਕੇ ਦਿਖਾ ਲਿਆ, ਕਿਉਂਕਿ ਪਤਾ ਆ ਕਿ ਜਦ ਕੋਈ ਆਇਆ ਹੀ ਨਹੀਂ ਤਾਂ ਕਰੇਗਾ ਕਿੱਥੋਂ, ਟਰਾਂਸਫਾਰਮ ਸੜਿਆ ਪਿਆ। ਇਹ ਵੀਡੀਓ ਆਪਾਂ ਮੁੱਖ ਮੰਤਰੀ ਪੰਜਾਬ ਨੂੰ ਵੀ ਪਾ ਦਿੱਤੀ ਆ ਅਤੇ PSPCL ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਵੀ ਪਾ ਦਿੱਤੀ। ਅਤੇ ਅਜੇ ਤੱਕ 14 ਦਿਨ ਹੋਣ ਦੇ ਬਾਵਜੂਦ ਕੋਈ ਵੀ ਨਹੀਂ ਆਇਆ, ਅਤੇ ਨਾ ਹਾਲੇ ਤੱਕ ਕਿਸੇ ਨੇ ਕੋਈ ਸਾਰ ਲਈ ਆ, ਜਿਵੇਂ ਮੈਂ ਤੁਹਾਨੂੰ ਦਿਖਾਏ ਆ। ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਇਹ ਸਟਾਰਟਰ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਸਾਨੂੰ ਬਿਜਲੀ ਦੀ ਪ੍ਰੋਬਲਮ ਆ, ਠੀਕ ਆ, ਕਿਉਂਕਿ ਮੁੱਖ ਮੰਤਰੀ ਸਾਹਿਬ ਬਾਰ ਬਾਰ ਕਹਿੰਦੇ ਆ ਕਿ ਕੋਈ ਵੀ ਤੁਹਾਤੋਂ ਕੋਈ ਰੁਪਈਆ ਮੰਗਦਾ, ਕੋਈ ਰਿਸ਼ਵਤ ਮੰਗਦਾ, ਉਹਦੇ ਬਾਰੇ ਆਹ ਹੈਲਪਲਾਈਨ ਆ, ਆਹ ਇਹਦੇ 'ਤੇ ਜਾਣਕਾਰੀ ਦਿਓ, ਠੀਕ ਆ, ਪਰ ਸਾਡੀ ਤਾਂ ਕਿਸੇ ਤਰ੍ਹਾਂ ਵੀ ਨਹੀਂ ਸੁਣੀ ਜਾਂਦੀ ਨਾ। ਇਹ ਇਸ ਵੇਲੇ ਸਾਰੇ ਮੋਟਰਾਂ ਵਾਲੇ ਇਕੱਠੇ ਹਾਂ ਅਸੀਂ, ਜਿੰਨੇ ਵੀ 6 ਮੋਟਰਾਂ ਆ, 6 ਮੋਟਰਾਂ ਦਾ ਇਹ ਟਰਾਂਸਫਾਰਮ ਆ, ਔਰ ਸਾਰੇ ਜਾਣੇ ਦਿਨ ਰਾਤ ਭੱਜੇ ਫਿਰਦੇ ਆ, ਠੀਕ ਆ, ਅਤੇ ਪਰਸੋਂ ਉਹ ਆਏ ਆ, ਆ ਕੇ ਫਿਰ ਦੇਖ ਕੇ ਚਲੇ ਗਏ ਆ, ਠੀਕ ਆ। ਇਹ ਵੀ ਹਫ਼ਤਾ ਜਾ ਰਿਹਾ, ਅੱਜ ਪੂਰੇ 14 ਦਿਨ ਹੋ ਗਏ ਆ, ਠੀਕ ਆ। ਮੈਂ ਬੇਨਤੀ ਕਰਦਾ ਮੁੱਖ ਮੰਤਰੀ ਪੰਜਾਬ ਕਿ ਸਾਡੇ ਮੁੱਦੇ 'ਤੇ ਧਿਆਨ ਚਾਨਣਾ ਪਾਈ ਜਾਵੇ।